ਬਠਿੰਡਾ ਜੇਲ੍ਹ 'ਚ ਬੰਦ ਜੱਗੂ ਭਗਵਾਨਪੁਰੀਆ ਦੀ ਹਾਲਤ ਵਿਗੜ ਗਈ। ਹਾਲਤ ਵਿਗੜਨ ਦੇ ਚੱਲਦੇ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇਹਨਾਂ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਭਾਰੀ ਸੁਰੱਖਿਆ ਹੇਠ ਬਠਿੰਡਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲਿਜਾਂਦਾ ਜਾ ਰਿਹਾ ਹੈ, ਜਿਸ ਤੋਂ ਬਾਅਦ ਹਸਪਤਾਲ 'ਚ ਡਾਕਟਰਾਂ ਵੱਲੋਂ ਚੈੱਕਅਪ ਕੀਤਾ ਗਿਆ। ਹਸਪਤਾਲ ਤੋਂ ਵਾਪਸ ਜਾਂਦਿਆਂ ਜੱਗੂ ਭਗਵਾਨਪੁਰੀਆ ਨੇ ਮੀਡੀਆ ਨੂੰ ਗੱਲਬਾਤ ਕਰਦਿਆਂ ਕਿਹਾ ਕਿ ਜੇਲ੍ਹ 'ਚ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਖਾਣਾ ਵੀ ਚੰਗੀ ਤਰ੍ਹਾਂ ਨਹੀਂ ਦਿੱਤਾ ਜਾ ਰਿਹਾ। ਇੱਥੇ ਹੀ ਬਸ ਨਹੀਂ, ਜੱਗੂ ਨੇ ਜੇਲ੍ਹ ਮੰਤਰੀ ਅਤੇ DGP ਜੇਲ੍ਹ 'ਤੇ ਵੀ ਵੱਡੇ ਇਲਜ਼ਾਮ ਲਗਾਏ ਨੇ। ਇਹ ਪੇਸ਼ੈਂਟ ਹੈਗਾ ਇੱਕ ਇੱਥੇ ਜੱਗੂ ਭਗਵਾਨਪੁਰੀਆ, ਉਹਦੀ ਸ਼ੂਗਰ ਲੈਵਲ ਡਾਊਨ ਹੋਇਆ ਸੀਗਾ, ਉਹਨੂੰ ਚੈੱਕ ਕਰਾਉਣ ਵਾਸਤੇ ਲੈ ਕੇ ਆਏ ਸੀਗੇ ਇੱਥੇ, ਉਹ ਚੈੱਕ ਕਰਕੇ ਅਤੇ ਵਾਪਸ ਚਲੇ ਗਏ। ਇਹਦੇ ਬਾਰੇ ਜਿਹੜਾ ਹੈਗਾ ਰਿਕਾਰਡ ਸਾਰਾ ਜੇਲ੍ਹ ਦੇ ਵਿੱਚ ਹੈਗਾ, ਮੇਰੇ ਕੋਲ ਤਾਂ ਸਿਰਫ ਸਿਕਿਉਰਿਟੀ ਡਿਊਟੀ ਸੀ ਇੱਥੇ, ਉਹ ਆ ਕੇ ਅਸੀਂ ਵਾਪਸ ਇਹਨੂੰ ਭੇਜ ਦਿੱਤੇ। ਇਸ ਤੋਂ ਇਲਾਵਾ ਹੋਰ ਕੁਛ ਨਹੀਂ ਮੇਰੇ ਕੋਲ, ਮੇਰੀ ਸਿਰਫ ਸਿਕਿਉਰਿਟੀ ਡਿਊਟੀ ਸੀਗੀ, ਉਹ ਸਿਕਿਉਰਿਟੀ ਤੋਂ ਇਹਨੂੰ ਸੇਫ ਜਿਹੜਾ ਹੈਗਾ ਵਾਪਸ ਭੇਜ ਦਿੱਤਾ ਗਿਆ। ਥੈਂਕ ਯੂ ਵੈਰੀ ਮਚ। ਇਹਦੇ ਬਾਰੇ ਜੇਲ੍ਹ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੋਏਗਾ। ਮੈਂ ਤੁਹਾਨੂੰ ਫਿਰ ਵਾਰ ਵਾਰ ਇਹ ਰਿਕੁਐਸਟ ਕਰਦਾ, ਇਹਦਾ ਸ਼ੂਗਰ ਲੈਵਲ ਡਾਊਨ ਸੀਗਾ, ਉਹ MD ਮੈਡੀਸਨ ਹੈਗੀ ਇੱਥੇ, ਉਹਨਾਂ ਨੇ ਚੈੱਕ ਕਰਕੇ 10 ਮਿੰਟ ਦੇ ਵਿੱਚ ਵਾਪਸ। ਗੈਂਗਸਟਰ ਜੱਗੂ ਦੀ ਡਾਕਟਰਾਂ ਵੱਲੋਂ ਚੈੱਕਅਪ ਕਰਨ ਤੋਂ ਬਾਅਦ ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ। ਫਿਲਹਾਲ ਜੱਗੂ ਭਗਵਾਨਪੁਰੀਆ ਨੂੰ ਜੇਲ੍ਹ 'ਚ ਵਾਪਸ ਭੇਜ ਦਿੱਤਾ ਗਿਆ ਹੈ। ਡਾਕਟਰ ਖੁਸ਼ਦੀਪ ਹੈ ਜੀ, ਐਮਰਜੈਂਸੀ ਤੋਂ। ਪੇਸ਼ੈਂਟ ਸੀਗਾ ਜੀ ਆਪਣਾ, ਉਪਰਿੰਦਰ ਸਿੰਘ, ਉਹਨੂੰ ਲੈ ਕੇ ਆਏ ਸੀਗੇ। ਪੇਸ਼ੈਂਟ ਸਟੇਬਲ ਹੈ, ਆਪਣਾ ਮੈਡੀਸਨ ਡਾਕਟਰ ਸਾਹਿਬ ਨੇ ਦੇਖ ਲਿਆ ਅਤੇ ਪੇਸ਼ੈਂਟ ਸੈਟਿਸਫੈਕਟਰੀ ਕੰਡੀਸ਼ਨ 'ਚ ਵਾਪਸ ਭੇਜ ਦਿੱਤਾ ਗਿਆ। ਸਾਰਾ ਓਕੇ ਜੀ, ਨੋਰਮਲ। ਇਸ ਟਾਈਪ ਦਾ ਜਿਹੜਾ ਹੈਗਾ ਅਸੀਂ ਕੁਛ ਨਹੀਂ ਕਮੈਂਟ ਕਰ ਪਾਵਾਂਗੇ। ਬਠਿੰਡਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।